ਤੇ ਅਗਲੇ ਹਫਤੇ 12 ਜੂਨ ਨੂੰ ਅਮਰੀਕਾ ਉੱਤਰ ਕੋਰੀਆ ਵਿਚਕਾਰ ਸਿਖਰ ਸੰਮੇਲਨ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਜਾ ਰਹੇ ਨੇ ਆਬੇ ਦੀ ਯਾਤਰਾ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਅਮਰੀਕਾ ਰਾਸ਼ਟਰਪਤੀ ਉੱਤਰ ਕੋਰੀਆ ਨਾਲ ਬੈਠਕ ਦੌਰਾਨ ਜਾਪਾਨ ਦੀ ਸੁਰੱਖਿਆ ਤੇ ਹੋਰ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ ਕੱਲ੍ਹ ਵਾਈਟ ਹਾਊਸ ਵਿੱਚ ਟਰੰਪ ਸਾਹਮਣੇ ਆਪਣਾ ਦ੍ਰਿਸ਼ਟੀਕੋਣ ਰੱਖਣਗੇ ਜਾਪਾਨ ਉੱਤਰ ਕੋਰੀਆ ਦੇ ਨਾਲ ਹਾਲ ਹੀ ਵਿੱਚ ਕੂਟਨੀਤਿਕ ਭਾਗੀਦਾਰੀ ਪਹਿਲ ਵਿੱਚ ਚੀਨ ਅਤੇ ਦੱਖਣ ਕੋਰੀਆ ਤੋਂ ਪਿੱਛੇ ਰਹਿ ਗਿਆ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਕਿਮ ਨਾਲ ਦੋ ਵਾਰੀ ਮੁਲਾਕਾਤ ਕੀਤੀ ਪਰ ਆਬੇ ਨੂੰ ਇੰਤਜ਼ਾਰ ਕਰਨਾ ਪਿਆ ਆਬੇ ਚਾਹੁੰਦੇ ਹਨ ਕਿ ਟਰੰਪ ਅਜਿਹਾ ਸਮਝੌਤਾ ਨਾ ਕਰਨ ਕਿ ਅਮਰੀਕਾ ਦੀ ਜ਼ਮੀਨ ਤਾਂ ਸੁਰੱਖਿਅਤ ਰਹੇ ਪਰ ਜਾਪਾਨ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੀ ਪਕੜ ਵਿੱਚ ਆ ਜਾਵੇ